सारा माशाल्लाह बहुत अच्छा है वे मेरा ड्रेस सब ने कहा कि वाइट कलर के ड्रेस बनाने में अच्छे नहीं मेरा कलर वाइट नहीं है तो मैं कलर का ड्रेस बनाना चाहिए क्योंकि वाइट कलर मेरे हस्बैंड ने नहीं पसंद भरा ने भाभी ने वेलकम किया सोरा या फोन फिर किया माशाल्लाह अल्लाह पाक नजरे बद को दे रखे तो भाई तो भाभी बहुत खुश हुए फिर अच्छी सब भी बहुत खुश हुए बिस्मिल्लाहिर्रहमानिर्रहीम अस्सलाम वालेकुम हाँ जी की हाल है तुहाडे सारयां दे तबीयतां सेहतां नीशतां सब ठीक ठाक है बस निकाह दियां तैयारियां स्टार्ट हो गईयां ने पहले तो साडे रेस्ट ही नहीं सी खत्म होंदे पए जो रेस्ट खत्म होए ने तो फिर टाइम शॉर्ट सी ये है निकाह के लिए मेरा सूट और ये है मेरी जूती चट ते पट दे विच असीं हुण तैयार होना है फोरन पहुंच जाना है मैं रेडी हो गई हां असि सारे रेडी हो गए हां हुन असि पहुंची अम्मी घर भी सारे अगे रेडी होके बैठे थी सारा समान वगैरह पैक थी बस गड्डियां दे विच रखण दी देर थी ते कुछ मेहमान साडे घर इकट्ठे होए ते कुछ मेहमान जिहड़ा कि शादी हाल पहुंचे ते असि हुण इक-इक करके समान गड्डियां ते रखिया सब मेहमान गड्डियां दे विच बैठे सारे मेहमानों नूं बिठाना भी बड़ा मुश्किल काम है ਹਾਲ ਪਹੁੰਚੇ ਤੇ ਮੇਰੀ ਨਾਨੀ ਕੋਲ ਜ਼ਿਆਦਾ ਦੇਰ ਖਲੋਤਾ ਵੀ ਨਹੀਂ ਜਾਂਦਾ ਮੈਂ ਕਿਹਾ ਮੈਂ ਆਪਣੀ ਨਾਨੀ ਨੂੰ ਅੰਦਰ ਐਂਟਰ ਕਰਕੇ ਆਉਂਦੀ ਹਾਂ ਤੁਸੀਂ ਦੇ ਦਿਖਾ ਕੇ ਆਉਂਦੀ ਹਾਂ ਅਤੇ ਮੈਂ ਆਪਣੀ ਨਾਨੀ ਨੂੰ ਲੈ ਕੇ ਆਈ ਮੇਰੀ ਨਾਨੀ ਬਹੁਤ ਹੋ ਗਏ ਇਹ ਮੇਰੀ ਨਾਨੀ ਦੀ ਸਿਸਟਰ ਹੈ ਇਹ ਮੇਰੀ ਨਾਨੀ ਖਾਣਾ ਮਾਸ਼ਾਲਾ ਬਹੁਤ ਅੱਛਾ ਹੈ ਵੀ ਮੇਰਾ ਡਰੈਸ ਸਭ ਨੇ ਕਿਹਾ ਕਿ ਵਾਈਟ ਕਲਰ ਦੇ ਡਰੈਸ ਬਣਾਉਣੇ ਨੇ ਮੈਂ ਕਿਹਾ ਨਹੀਂ ਮੇਰਾ ਕਲਰ ਵਾਈਟ ਨਹੀਂ ਅੱਛੀ ਹੋ ਕਲਰ ਦਾ ਡਰੈਸ ਬਣਾਉਣਾ ਕਿਉਂਕਿ ਵਾਈਟ ਕਲਰ ਮੇਰੇ ਹਸਬੈਂਡ ਨੂੰ ਨਹੀਂ ਪਸੰਦ ਭਰਾ ਨੇ ਭਾਬੀ ਨੂੰ ਵੈਲਕਮ ਕੀਤਾ ਤੇ ਥੋੜ੍ਹਾ ਜਿਹਾ ਘੁੰਮ ਫੇਰਾ ਕੀਤਾ ਅਤੇ ਮਾਸ਼ਾਲਾ ਦੋਵੇਂ ਬਹੁਤ ਖੁਸ਼ ਸੀ ਸਾਰੇ ਬਹੁਤ ਖੁਸ਼ ਸੀ ਅੱਲਾ ਪਾਕ ਬੁਰੀਆਂ ਨਜ਼ਰਾਂ ਤੋਂ ਦੂਰ ਰੱਖੇ ਹੁਣ ਤੂੰ ਪਿਆ ਗਿਆ ਘੁੰਮ ਕੇ ਥੋੜ੍ਹਾ ਜਿਹਾ ਕਮਾਇਆ ਗਿਆ ਭਾਬੀ ਨੂੰ ਅਤੇ ਫਿਰ ਅਸੀਂ ਘਰ ਪਹੁੰਚੇ ਇਹ ਸਾਨੂੰ ਉਹਨਾਂ ਨੇ ਜਿੱਥੇ ਦਿੱਤੇ ਨੇ ਸਾਨੂੰ ਸਾਰਿਆਂ ਨੂੰ ਸਭ ਫੈਮਿਲੀ ਮੈਂਬਰ ਨੇ ਕੱਪੜੇ ਵਗੈਰਾ ਲਿਆਏ ਨੇ ਸ਼ੁਕਰ ਅਲਹਮਦੁਲਿਲਾ ਅਸੀਂ ਘਰ ਪਹੁੰਚ ਗਏ ਹਾਂ ਤੇ ਅੰਮੀ ਨੇ ਸਾਨੂੰ ਸਾਡੇ ਹਿੱਸੇ ਦਾ ਖਾਣਾ ਦੇ ਦਿੱਤਾ ਭਾਬੀ ਦੇ ਘਰ ਵਾਲਿਆਂ ਨੇ ਖਾਣਾ ਦਿੱਤਾ ਸੀ ਤੇ ਫਿਰ ਅੰਮੀ ਨੇ ਸਾਰਿਆਂ ਨੂੰ ਥੋੜਾ ਥੋੜਾ ਕਰਕੇ ਡਿਵਾਈਡ ਕਰ ਦਿੱਤਾ ਚਿਕਨ ਚਾਵਲ ਸੈਲਡ ਤੇ ਬੱਚਿਆਂ ਨੇ ਆਪਣੇ ਆਪਣੇ ਹਿੱਸੇ ਦੀ ਮਠਿਆਈ ਖਾ ਲਈ ਮੈਂ ਕਿਹਾ ਖਲੋਈਓ ਪਹਿਲਾਂ ਮੈਨੂੰ ਵੀ ਲੋਕ ਬਣਾਉਣ ਦਿਓ ਲੇਟ ਹੋ ਗਿਆ ਸਾ ਬੱਚਿਆਂ ਨੂੰ ਸੁਲਾਉਣਾ ਸੀ ਬੱਚਿਆਂ ਦਾ ਧਿਆਨ ਵੀ ਮਠਿਆਈ ਦੇ ਵਿੱਚ ਸੀ ਭਾਬੀ ਦੇ ਘਰ ਵਾਲਿਆਂ ਨੇ ਬਾਈ ਦੇ ਸਸੁਰਾਲ ਵਾਲਿਆਂ ਨੇ ਸਾਡੇ ਸਾਰੀਆਂ ਭੈਣਾਂ ਦੇ ਅਤੇ ਬਹਿਨੋਈਆਂ ਦੇ ਕੱਪੜੇ ਲਗਾਏ ਨੇ ਅਤੇ ਅੰਮੀ ਨੇ ਫਿਰ ਮੈਨੂੰ ਕਿਹਾ ਕਿ ਤੂੰ ਵੱਡੀ ਹੈ ਤੂੰ ਜਿਹੜਾ ਸੂਟ ਲੈਣਾ ਤੂੰ ਪਸੰਦ ਕਰ ਲਾ ਅਤੇ ਫਿਰ ਬਾਕੀ ਦੀਆਂ ਦੂਸਰੀਆਂ ਭੈਣਾਂ ਨੇ ਵੀ ਲਿੱਤੇ ਮੈਨੂੰ ਮੈਂ ਆਪਣੇ ਵਾਸਤੇ ਪਿੰਕ ਰੰਗ ਦਾ ਪਸੰਦ ਕੀਤਾ ਕਿਉਂਕਿ ਪਿੰਕ ਕਲਰ ਮੈਨੂੰ ਬਹੁਤ ਅੱਛਾ ਲੱਗਦਾ ਅਤੇ ਇਹ ਮੈਂ ਆਪਣੇ ਬੰਦੇ ਵਾਸਤੇ ਲਿੱਤਾ ਅਤੇ ਅੱਜ ਦਾ ਵੀ ਨਿਕਾਹ ਹੋ ਗਿਆ ਸ਼ੁਕਰ ਅਲਹਮਦੁਲਿਲਾ ਅੱਲਾਹ ਪਾਕ ਖੁਸ਼ ਰੱਖੇ ਬੁੜੀਆਂ ਨਜ਼ਰਾਂ ਤੋਂ ਦੂਰ ਰੱਖੇ ਅਤੇ ਬਾਕੀ ਇਨਸ਼ਾਅੱਲਾ ਜ਼ਿੰਦਗੀ ਰਹੀ ਦੁਬਾਰਾ ਕਿਸੇ ਹੋਰ ਵੀਡੀਓ ਨਾਲ ਹਾਜ਼ਰ ਹੋਵਾਂਗੇ ਆਪਣਾ ਬਹੁਤ ਸਾਰਾ ਖਿਆਲ ਰੱਖੋ ਦੁਆਵਾਂ ਵਿੱਚ ਯਾਦ ਰੱਖੋ ਅੱਲਾਹ ਹਾਫਿਜ਼।